एक एक करके इको परिवार दे 2 दिनों विच तुर गए 3 जी। पिता नूं करंट लगन तों बाद माँ दुख ना सहारदी हुई रब नूं प्यारी हो गई। उस तों बाद अगले दिन ही धी तों वी दुख झल्लिया ना गया ते उह वी इस संसार नूं छड्ड के अलविदा कह गई। ਹਲਕਾ ਵਿਧਾਇਕ ਗੋਲਡੀ ਵੱਲੋਂ ਵੀ ਇਸ ਪਰਿਵਾਰ ਨਾਲ ਕੀਤਾ ਗਿਆ ਦੁੱਖ ਸਾਂਝਾ। ਜਿਹੜਾ ਭਾਣਾ ਵਰਤਿਆ ਪ੍ਰੇਮ ਸਿੰਘ ਦੇ ਘਰ ਨਾਲ ਬਹੁਤ ਮਾੜਾ ਵਰਤਿਆ ਜੀ, ਅਤੇ ਇੱਕ ਪੁੱਤਰ, ਇੱਕ ਮਾਤਾ, ਇੱਕ ਲੜਕੀ, ਉਸ ਤੋਂ ਬਾਅਦ ਇੱਕ ਲੜਕਾ ਰਹਿ ਗਿਆ। ਸਰਕਾਰ ਵੱਲੋਂ ਇਹਨਾਂ ਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ ਜਾਂ ਮੁੰਡੇ ਨੂੰ ਨੌਕਰੀ ਦਿੱਤੀ ਜਾਵੇ। ਮੁੰਡਾ ਪੜ੍ਹਿਆ ਲਿਖਿਆ ਮੁੰਡਾ। ਅਤੇ ਅੱਜ ਜੇ MLA ਜਗਵੀਰ ਸਿੰਘ ਗੋਲਡੀ ਕੰਬੋਜ ਵੀ ਆਏ ਸੀ, ਉਹਨਾਂ ਨੇ ਕੀ ਪਰਿਵਾਰ ਨੂੰ ਆਏ ਸੀ, ਪਰ ਇਹਨਾਂ ਨੂੰ ਪਤਾ ਮੈਂ ਆਇਆ ਨਹੀਂ ਸੀ ਇੱਥੇ। ਅੱਛਾ, ਅਤੇ ਬੇਟਾ ਕਿੰਨੇ ਪੜ੍ਹਿਆ ਹੋਇਆ? ਬੇਟਾ ਅੱਧਾ ਸੀ, ਕਿੰਨਾ ਪੜ੍ਹਿਆ? ਪਲੱਸ ਟੂ ਕੀਤੀ ਹੈ। ITI ਵੀ ਕੀਤੀ ਹੈ, ਪਲੱਸ ਟੂ ITI ਕੀਤੀ ਹੈ। ਮੰਗਤ ਨੂੰ ਬਸ ਮਾੜੀ ਜਿਹੀ ਸ਼ਾਟ ਲੱਗੀ ਨਾਲ, ਤੇ ਬਸ ਡਿੱਗਿਆ ਤੇ ਉਹਦੀ ਖਤਮ। ਉਹਦੇ ਜਿਹੜੇ ਮਾਤਾ ਜੀ ਨੂੰ ਕੀ ਹੋਇਆ ਜੀ? ਮਾਤਾ ਵੀ ਬਸ ਉਹਦਾ ਹੌਂਕਾ ਲੈ ਕੇ ਪੁੱਤਰ ਬਣ ਗਿਆ। ਮਾਤਾ ਜੀ ਮਾਰ ਲੈਂਦੀ ਹੋਈ, ਉਹਨੇ ਪੁੱਤਰ ਨੂੰ ਲੈ ਕੇ ਜਾਂਦਾ ਸੀ ਸਾਰਾ ਕੁਝ, ਉਹ ਇਕੱਠੇ ਇੱਕੋ ਚੁੱਲ੍ਹੇ 'ਤੇ ਸਨ, ਬਠਿੰਡੇ ਦਵਾਈ ਲੈਣੀ ਹੋ ਜਾਂਦਾ ਸੀ ਉਹਦੇ ਨਾਲ। ਅਤੇ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਕਿ ਅੱਜ ਬੇਟੀ ਨੇ ਵੀ ਬੇਟੀ ਵੀ ਅੰਦਰ ਦਾ ਹੌਂਕਾ ਲੈ ਗਈ ਜੀ, ਉਹ ਵੀ ਅੱਜ ਕੱਲ੍ਹ ਉਹ ਗੁਜ਼ਰ ਗਿਆ ਜਾ ਜੋ ਉਹਦੇ ਨਾਲ ਉਹਨਾਂ ਡੱਗ ਪਿੱਛੇ ਤਾਂ ਵਿਚਾਰੀ ਉੱਥੇ ਨਹੀਂ ਪਤਾ ਜੀ ਵੀਰਿਆ ਲਾਈ ਖਰਾਬ ਹੈ ਵੀਰਿਆ ਬਸ ਨਹੀਂ ਭੇਜ।